अस्सलाम वालेकुम। आज असं बनाए रहे हैं कपकेक। कपकेक वास्ते माजरीन पाई है, 500 ग्राम माजरीन पाई है, 500 ग्राम शुगर पेसी, 6 अंडे पेसन, असं बेकिंग पाउडर पेसी तकरीबन 2 चमच बसों। पहले पाने असं बिस्मिल्लाह करने हैं। शुगर पाने हैं, शुगर तो माजरीन है, अंडे विस्क करने हैं, फिर बड़े भांडे च बसा। एक भांडा थोड़ा निक्का है, ज्यादा बनाने हैं तो ज्यादा चीजें बन लगे हैं। बंद कर सको, मिक्स करना कर सा। भांडा निक्का होवे तो असं ज़्यादा चीज़ बनाने लगे, इस वास्ते पहले थोड़ा जहा ग्राइंड करी दिंदा होवे, सारा मिक्स किया होवे, बटर शुगर अंडे। हुण असं बड़े भांडे च बन लगे हैं। ये तकरीबन 1.5 किलो है, तो तकरीबन असं थोड़ा जहा बचाया है, हो सकना भी पी जाए, तकने पहले दो टीस्पून बन लगे हैं बेकिंग पाउडर। बिस्मिल्लाह,
ਦੁੱਧ ਅਸਾਂ ਤਕਰੀਬਨ 500 ਗ੍ਰਾਮ ਕਰਨੇ ਆ, ਤੱਕਣਿਆਂ ਜਿਹੜਾ ਪੈਣਾ ਵੈ ਜੀ ਜੀ ਥੋੜ੍ਹਾ ਜਿਹਾ ਘੱਟ ਪੂਰਾ ਇਤਨਾ ਜਲਦੀ ਹੱਥਾਂ ਨਾਲ ਨਹੀਂ ਸੀ ਹੋਣਾ, ਮਸ਼ੀਨਾਂ ਨਾਲ ਜਲਦੀ ਹੋ ਗਿਆ ਵਾ। ਸਹੀ ਆਟਾ ਸਮੂਥ ਹੋ ਗਿਆ ਵਾ। ਦੁੱਧ ਵੀ ਤਕਰੀਬਨ ਠੀਕ ਹੀ ਲੱਗਣਾ ਜਿਹੜਾ ਵਾਹਿਆ ਵਾ। ਚੈੱਕ ਕਰਨੇ ਅਸਾਂ ਥੋੜ੍ਹਾ ਜਿਹਾ ਆਟਾ ਹਾਲੇ ਸਖਤ ਹੈ, ਥੋੜ੍ਹਾ ਦੁੱਧ ਹੋਰ ਚਾਹੀ ਨਾ ਆਵੇ, ਦੁੱਧ ਪਾਉਣੇ ਆ ਹੋਰ ਤਾਂ ਦੁਬਾਰਾ ਵਿਸ ਕਰਨੇ ਆ। 200 ਮਿਲੀਮੀਟਰ ਹੋਰ ਪਾਇਆ ਵੈ, 500 ਅੱਗੇ ਪਾਏ ਅਸੀਂ। ਹੁਣ ਠੀਕ ਹੈ, ਇਸ ਤਰ੍ਹਾਂ ਨਾਲ ਪੇਪਰ ਪੈਣੇ ਵਾਹੀਦੇ ਹਾਂ ਅੱਗੇ ਅਤੇ ਬਿਸਮਿਲਾ ਕਰਨੇ ਆ। ਕਿਸ ਤਰ੍ਹਾਂ ਪੈਣਾ ਵੈ, ਈਜ਼ੀ ਤਰੀਕਾ ਕਰਨ ਲੱਗੀ ਹਾਂ ਜੇ ਹੋਈ ਗਿਆ ਤਾਂ। ਬਿਸਮਿਲਾ
ਵੈਸੇ ਬੜੀ ਚਮਚਾ ਨਾਲ ਵੀ ਵਾਹੀ ਸਕਦੇ ਹਾਂ, ਟਿਊਬ ਵਿੱਚ ਵੀ ਵਾਹੀ ਕੇ ਵਾਹੀ ਸਕਦੇ ਹਾਂ, ਪਰ ਇਸ ਤਰ੍ਹਾਂ ਥੋੜ੍ਹਾ ਜਲਦੀ ਹੋ ਜਾਣਾ ਕੁਇਕ। ਇਹ ਤਰੀਕਾ ਈਜ਼ੀ ਹੈ, ਜਿਹੜਾ ਈਜ਼ੀ ਤਰੀਕਾ ਤੁਸੋਂ ਕਿ ਦੱਸਣ ਲੱਗੀ ਹਾਂ। ਓਵਨ ਆਨ ਹੋਏ ਆਵੇ ਨਾਲੇ ਬਾਸਾਂ ਤੋਂ ਬਣਾਈ ਰੱਖਸਾਂ। ਓਵਨ ਪਹਿਲੇ ਮੈਂ ਆਨ ਕਰੀ ਓੜਿਆ ਸੀ, ਮਠਾ ਮਠਾ ਆਨ ਹੋਏ ਆਵੇ। ਮੇਕ ਸ਼ੋਰ ਓਵਨ ਸਹੀ ਗਰਮ ਹੋਇਆ ਤਾਂ ਫਿਰ ਵਿੱਚ ਰੱਖੋ ਸਹੀ ਬਣੀਆਂ। ਲੈ ਚਮਚੇ ਨਾਲ ਇਸ ਤਰ੍ਹਾਂ ਸੰਭਾਲੇ ਆ। ਤੁਸਾਂ ਦੱਸਿਆ ਵੀ ਚਮਚੇ ਨਾਲ ਈਜ਼ੀ ਹੈ ਜਾਂ ਇਸ ਤਰ੍ਹਾਂ ਈਜ਼ੀ ਹੈ, ਜਿਸ ਤਰ੍ਹਾਂ ਮੈਂ ਵਾਹਿਆ ਪਹਿਲੇ। ਚਮਚਿਆਂ ਨਾਲ ਵੀ ਤਰੀਕਾ ਹੋਣਾ ਚਾਹੀਦਾ ਬਾਹਣੇ ਵਾਸਤੇ, ਵੈਸੇ ਤਰੀਕੇ ਤੋਂ ਬਗੈਰ ਡੁੱਲੀ ਜਾਣਾ ਹੋਵੇ। ਬਿਸਮਿਲਾ ਕਰਨੇ ਆ, ਪਹਿਲਾਂ ਟਰੇ ਰੱਖਣੇ ਆ ਨੀਚੇ, ਦੂਆ ਟਰੇ ਰੈਡੀ ਕਰਨੇ ਆ। ਆਨ ਕੀਤੇ ਅਸੀਂ ਹੁਣ ਰੱਖੀਆਂ ਵਿੱਚ ਕੱਪਕੇ ਤਾਂ 150 ਪਰ ਪਾਵਰ ਰੱਖੀ ਹੈ ਅਸਾਂ ਓਵਨ 10 ਮਿੰਟ ਹੋਈ ਗਏ ਰੱਖੇ ਹਾਂ। ਨੀਚੇ ਲੈ ਅਪਰ ਕਰਸਾਂ ਤਾਂ ਅਪਰ ਲੈ ਨੀਚੇ ਕਰਸਾਂ, ਸੋ ਪਹਿਲੇ ਨੀਚੇ ਲੈ ਨੀਚੇ ਰੱਖਣੇ ਆ। ਟੋਪ ਵਾਲੇ ਹੋਏ ਨੀਚੇ ਵਾਲੇ ਥੋੜ੍ਹਾ ਫਰਕ ਹੈ, ਆਪਣੇ ਅਸਾਂ ਕੱਢਣੇ ਆ। ਮਤਲਬ ਹੋ ਹੀ ਗਿਆ ਥੋੜ੍ਹਾ ਜਿਹਾ ਫਰਕ ਲਾਉਣਾ। ਪੰਜ ਮਿੰਟ ਹੋਰ ਰੱਖ ਸਕਦੇ। ਰੈਡੀ ਨੇ ਵੀ ਕੱਢਣੇ ਆ ਬਾਹਰ, ਨਾ
ਸੋ ਜਿਹੜਾ ਅਸਾਂ ਸਾਰਾ ਮਤਲਬ ਬਣਾਇਆ ਡੋ ਬਣਾਇਆ ਸੀ ਇਸਨੇ 48 ਕੱਪਕੇਕ ਬਣੇ ਮਾਸ਼ਾ ਅੱਲਾ ਰੱਖਣੇ ਆ ਹੁਣ ਓਵਨ 'ਚ ਨਾਮ ਹੈਗੇ ਆਪਾਂ ਆਈਸਿੰਗ ਸ਼ੂਗਰ ਹਰ ਕੰਮ ਅਸਾਂ ਆਪਣਾ ਪਾਕਿਸਤਾਨੀ ਸਟਾਈਲ ਕਰਨੇ ਆ ਸੋ ਦੱਸਣ ਲੱਗੇ ਹਾਂ ਵੀ ਪਾਕਿਸਤਾਨੀ ਸਟਾਈਲ ਕਿਸ ਤਰ੍ਹਾਂ ਕਰੀ ਨਾ ਵਾ ਬੱਚੇ ਪਸੰਦ ਕਰ ਰਹੇ ਨੇ ਜਿਹੀਆਂ ਚੀਜ਼ਾਂ ਰੰਗ ਬਿਰੰਗੀ ਬਾਈ ਸ਼ੁਰੂ ਬਟਰ ਨਾਈਫ ਨਾਲ ਸਹੀ ਲੱਗਣਾ ਮਾਸ਼ਾ ਅੱਲਾ ਨਾਈਸ ਬਣੀ ਆ ਡਿਫਰੈਂਟ ਕੀਤੀ ਹੈ ਇਸੇ ਤਰ੍ਹਾਂ ਨਾਲ ਸਾਰੇ ਬਣਾ ਸਾਂ ਕੱਪ ਕੇਕ ਰੈਡੀ ਹੋ ਗਏ ਕੁਝ ਅਸਾਂ ਪਲੇਨ ਰੱਖੇ ਨੇ ਕੁਝ ਜਿਹੜੇ ਨਾ ਲਾਈ ਸ਼ੂਗਰ ਆਈਸਿੰਗ ਸ਼ੂਗਰ ਲਾਈ ਹੈ ਆਪਾਂ ਨਾਲ ਚੋਕਲੇਟ ਵਗੈਰਾ ਲਾਏ ਡੈਕੋਰੇਸ਼ਨ ਕੀਤੀ ਹੈ ਪਸੰਦ ਆਈ ਹੈ ਤਾਂ ਜ਼ਰੂਰ ਦੱਸਿਆ ਤਾਂ ਅਸਾਂ ਬਿਸਮਿਲਾ ਕਰਨੇ ਇੱਕ ਚੈੱਕ ਕਰਨੇ ਹਾਂ ਕਿ ਅਜੇ ਬਣਿਆ ਹੋਇਆ ਖੋਲ੍ਹਦੇ ਹਾਂ ਬਿਸਮਿਲਾ ਮਾਸ਼ਾ ਅੱਲਾ ਠੀਕ ਹੈ ਪੇਸਟਰੀ ਠੀਕ ਹੈ ਨੀਚੇ ਵੀ ਦੇਖੋ ਸਹੀ ਪੱਕੇ ਆ ਵੇ ਅਸਾਂ ਬਾਈਟ ਕਰਨੇ ਆ ਬਿਸਮਿਲਾ ਕਰਨੇ ਆ ਮਿੱਠਾ ਵੀ ਸਹੀ ਹਿਸਾਬ ਹੈ ਨਾ ਪਿਆ ਬਟਰ ਵੀ ਸਹੀ ਹੈ ਤੁਸਾਂ ਮਾੜੀ ਇਨਗਰੀਡੀਅੰਟ ਕੀ ਜਿਸ ਤਰ੍ਹਾਂ ਨਾਲ ਬਣਾਉਣਾ ਤਰੀਕਾ ਵੈ ਫੋਲੋ ਕਰਿਆ ਦੱਸਿਆ ਵੀਡੀਓ ਜ਼ਰੂਰ ਜਿਹੜਾ ਪੂਰਾ ਤੱਕਿਆ ਵੀਡੀਓ ਤੱਕਣ ਦਾ ਸ਼ੁਕਰੀਆ ਨੈਕਸਟ ਵੀਡੀਓ ਬਣਾਉਣ ਵਾਸਤੇ ਇਜਾਜ਼ਤ ਦਿਓ ਓਕੇ ਖੁਦਾ ਹਾਫਿਜ਼